ਪੰਥਕ ਅਕਾਲੀ ਲਹਿਰ ਦੇ ਮਾਲਵਾ ਜ਼ੋਨ ਦੀ ਮੀਟਿੰਗ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਈ, ਜਿਸ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਈ ਪੰਥਕ ਅਕਾਲੀ ਲਹਿਰ ਦੇ ਮਾਲਵਾ ਜ਼ੋਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣਾਈਆਂ ਜਾ ਰਹੀਆਂ ਵੋਟਾਂ ਨੂੰ ਸਮਾਂਬੱਧ ਕੀਤਾ ਜਾਵੇ ਅਤੇ ਵੋਟਾਂ ਘਰ ਘਰ ਜਾ ਕੇ ਬਣਾਉਣ ਲਈ ਆਂਗਨਵਾੜੀ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਜਾਣ ਤਾਂ ਜੋ ਬੀਬੀਆਂ ਦੀਆਂ ਵੋਟਾਂ ਵੀ ਵੱਡੇ ਪੱਧਰ ਤੇ ਬਣ ਸਕਣ। ਉਹਨਾਂ ਦਾ ਕੋਈ ਵੀ ਸਾਨੂੰ ਗ੍ਰੰਥਾਂ ਦਾ ਪਤਾ ਨਹੀਂ ਲੱਗਣਾ, ਗ੍ਰੰਥ ਕਿੱਥੇ ਗਏ, ਕਿਹਨੂੰ ਦਿੱਤੇ, ਕਿਸੇ ਪ੍ਰਧਾਨ ਨੇ, ਕਿੰਨੇ ਪ੍ਰਧਾਨ ਚਲੇ ਗਏ, ਗੁਰਮੰਦਰ ਸਾਹਿਬ ਦੇ ਬੀਬੀਆਂ ਬਣ ਜਾਂਦੀਆਂ ਨੇ ਸਾਰੀਆਂ ਸਮੇਤ, ਉੱਥੇ ਚੂੜੇ ਲੈ ਲੈ ਗਵਿੱਚੇ ਕਰਦੀਆਂ ਨੇ, ਕੋਈ ਟੋਕਦਾ ਨਹੀਂ ਉਹਨਾਂ ਨੂੰ। ਇਹ ਪਿੱਛੇ ਜੇ ਅਸੀਂ ਸਾਲ ਸਿੱਖਾਂ ਨੇ ਇੱਕ ਉੱਥੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ, ਸਾਨੂੰ ਖਤਮ ਕਰਨ ਵਾਲੀ ਗੱਲ ਹੋਊਗੀ, ਸਾਨੂੰ ਨੇਤਰਹੀਣ ਕਰਨ ਵਾਲੀ ਗੱਲ ਹੋਊਗੀ। ਸਾਡਾ ਸਾਰਾ ਜ਼ੋਰ ਲੱਗਾ ਪਿਆ ਜਾਣਾ ਜੁਣਾ ਉਹਨਾਂ ਨੇ ਜਾਣਾ ਫਿਰ ਤੋਂ ਅੱਜ ਦੀ ਮੀਟਿੰਗ ਅਸੀਂ ਮਾਲਵਾ ਜ਼ੋਨ ਦੇ ਵਿੱਚ ਜਿੰਨੇ ਸਾਡੇ ਸੀਨੀਅਰ ਲੀਡਰ ਸੀ ਉਹਨਾਂ ਦੀ ਮੀਟਿੰਗ ਬੁਲਾਈ ਸੀ, ਕਿਉਂਕਿ ਅਗਲੀ ਜਿਹੜੇ ਅਗਲੇ ਅਗਾਂਹ ਅਸੀਂ ਕੀ ਕਰ ਰਹੇ ਹਾਂ, ਕੀ ਕਰਨ ਜਾ ਰਹੇ ਹਾਂ, ਕੀ ਸਾਨੂੰ ਕਰਨਾ ਚਾਹੀਦਾ, ਉਹਨਾਂ ਤੋਂ ਵਿਚਾਰਾਂ ਹੋ ਸਕਣ, ਕੁਛ ਅਸੀਂ ਸੁਝਾਅ ਲੈ ਸਕੀਏ, ਜਿਹੜੀਆਂ ਸਾਡੀਆਂ ਕਮੀਆਂ ਉਹਨਾਂ 'ਚ ਉਹਨਾਂ ਵੱਲ ਧਿਆਨ ਦੇ ਸਕੀਏ, ਅਤੇ ਇਹੀ ਦ੍ਰਿੜਤਾ ਨਾਲ ਇਹ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਲਿਆਉਣ ਲਈ ਵਿਚਾਰਾਂ ਹੋਈਆਂ। ਜਿਹੜੀ ਪ੍ਰਬੰਧਕ ਕਮੇਟੀ ਸਾਰਾ ਕੁਝ ਬਰਬਾਦ ਕਰੀ ਜਾ ਰਹੀ, ਸਾਡਾ ਮਿਸ਼ਨ, ਸਾਡੇ ਸਿਧਾਂਤ, ਜਿਹਦਾ ਅੱਜ ਬਹੁਤ ਵੱਡੀ ਮਿਸਾਲ ਜਿਹੜੀ ਅਕਾਲ ਤਖ਼ਤ ਦੇ ਉੱਤੇ ਸ਼ਿਕਾਇਤ ਕਰਨ ਵਾਲੇ ਅਤੇ ਸ਼ਿਕਾਇਤ ਜਿਨ੍ਹਾਂ ਦੀ ਹੋਈ ਉਹ ਲੋਕ ਅਤੇ ਇੱਕ ਉਹ ਸ਼ਿਕਾਇਤ ਸੁਣਨ ਵਾਲੇ, ਇਹ ਤਿੰਨੇ ਤਰ੍ਹਾਂ ਦਾ ਜਿਹੜਾ ਮਜ਼ਾਕ ਉੱਡਣ ਡਿਆ, ਜਿਹੜੀ ਖਿੱਲੀ ਉੱਡਣ ਡਈ ਆ, ਉਹ ਸਾਡਾ ਇਸ ਮਰਿਆਦਾ ਦਾ ਮਜ਼ਾਕ ਉਡਾਉਣ ਵਾਲਾ ਜਿਹੜਾ ਵੱਡਾ ਪ੍ਰੂਫ ਉਹੀ ਹੈ। ਤਾਂ ਦੇ ਸੰਬੰਧ 'ਚ ਅਸੀਂ ਇਹੀ ਬੇਨਤੀ ਕੀਤੀ ਹੈ ਕਿ 27 ਤਰੀਕ ਤੱਕ ਇਹਨਾਂ ਨੇ ਸਾਨੂੰ ਟਾਈਮ ਦਿੱਤਾ, ਉਹਦੇ ਵਿੱਚ ਬਹੁਤ ਸਾਰੀਆਂ ਵੋਟਾਂ ਨੇ ਨਹੀਂ ਬਣੀਆਂ, ਅਤੇ ਉਹਦੇ ਵਿੱਚ ਖਾਸ ਕਰਕੇ ਬੀਬੀਆਂ ਜਿਹੜੀਆਂ ਉਹ ਆਪਣੀ ਤਸਵੀਰ ਅਤੇ ਆਧਾਰ ਕਾਰਡ ਦੇਣ 'ਚ ਥੋੜ੍ਹੀ ਜਿਹੀਆਂ ਸ਼ਰਮ ਮਹਿਸੂਸ ਕਰਦੀਆਂ, ਅਤੇ ਇੱਕ ਜਿਹੜੇ ਉਹ ਨਹੀਂ ਚਾਹੁੰਦੀਆਂ ਕਿ ਉਹ ਕਿਸੇ ਕੋਲ ਜਾ ਕੇ ਬਣਾਉਣੀ ਪਵੇ, ਤਾਂ ਅਸੀਂ ਸਰਕਾਰ ਨੂੰ ਵਾਰ ਵਾਰ ਬੇਨਤੀ ਕਰ ਰਹੇ ਹਾਂ ਕਿ ਉਹ ਆਂਗਨਵਾੜੀ ਦੀਆਂ ਜਿਹੜੀਆਂ ਬੀਬੀਆਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਭੇਜ ਕੇ ਵੋਟਾਂ ਬਣਵਾਈਆਂ ਜਾਣ, ਤਾਂ ਕਿ ਉਹ ਸਾਡੀ ਬਹੁਤ ਵੱਡੀ ਧਿਰ ਆ ਬੀਬੀਆਂ, ਜਿਹੜੀ ਸਿੱਖ ਬੀਬੀ ਦੀ ਵੋਟ ਹੈ ਜਿਹੜੀ ਉਹ ਬੜੀ ਵੱਡਾ ਬਹੁਤ ਵੱਡਾ ਬੇਸ ਹੈ ਇਸ ਇਲੈਕਸ਼ਨ ਦਾ। ਦੇਖੋ ਇਹ ਜੋ ਕੁਛ ਵੀ ਆ ਆਪਣੇ ਇਹਨਾਂ ਦੇ ਵਿੱਚ ਹੀ ਸਾਨੂੰ ਸਬਰ ਕਰਨਾ ਪੈਣਾ, ਕਿਉਂਕਿ ਜਿਹੜੀ ਬਾਹਰ ਜਵਾਨੀ ਜਾ ਰਹੀ ਹੈ ਇਹ ਵੀ ਮਜਬੂਰੀ ਨੂੰ ਜਾ ਰਿਹਾ, ਕੋਈ ਜ਼ਮੀਨਾਂ ਵੇਚ ਕੇ ਜਾ ਰਿਹਾ, ਕੋਈ ਕਰਜ਼ 'ਤੇ ਕਰਜ਼ਾ ਲੈ ਕੇ ਜਾ ਰਿਹਾ, ਪਰ ਜਾ ਰਹੇ ਇਸ ਕਰਕੇ ਕਿਉਂਕਿ ਇੱਥੇ ਰੁਜ਼ਗਾਰ ਹੈ ਨਹੀਂ, ਇੱਥੇ ਉਹ ਕੰਮ ਹੈ ਨਹੀਂ ਗਾ, ਉਹ ਇਹ ਇਸ ਤਰੀਕੇ ਨਾਲ ਮਜਬੂਰੀਆਂ ਨੇ ਜਿਹੜੀਆਂ ਬਾਹਰ ਜਾ ਰਹੀਆਂ। ਡੇਟ ਵਧਾਉਣ ਦੀ ਅਪੀਲ ਜੀ? ਨਹੀਂ, ਡੇਟ ਵਧਾਉਣ ਦੀ ਅਪੀਲ ਨਹੀਂ, ਅਸੀਂ ਕਹਾਂਗੇ ਰੇਲ ਹੈਗੀ, ਉਹ ਤੋਂ ਬਾਅਦ ਫਿਰ ਇੱਕ ਮਹੀਨਾ ਸਾਨੂੰ ਇਤਰਾਜ਼ਾਂ ਦੀ ਆ, ਉਹਦੇ ਵਿੱਚ ਵੀ ਬਣ ਸਕਦੀਆਂ ਨੇ, ਅਤੇ ਇਸ ਕਰਕੇ ਡੇਟ ਵਧਾਉਣ ਦੀ ਥਾਂ 'ਤੇ ਇਹ ਕੰਮ ਕਰਨ 'ਤੇ ਵੇਲੇ ਸਿਰ 'ਤੇ ਇਲੈਕਸ਼ਨ ਹੋਵੇ। ਠੀਕ, ਹਾਂਜੀ, ਅੱਜ ਪੰਥਕ ਅਕਾਲੀ ਲਹਿਰ ਦੀ ਮਾਲਵਾ ਜ਼ੋਨ ਦੇ ਜਿੰਨੇ ਵੀ ਜ਼ਿਲ੍ਹੇ ਨੇ ਸਾਰਿਆਂ ਦੇ ਪ੍ਰਧਾਨ ਅਤੇ ਹੋਰ ਜਿਹੜੇ ਅਹੁਦੇਦਾਰ ਜਾਂ ਜਿਹੜੇ ਵੀ ਪਿਛਲੇ 7-8 ਸਾਲਾਂ ਤੋਂ ਗੁਰੂ ਕੇ ਸਿੱਖ
ਇਹ ਗੁਰੂ ਘਰ ਦੇ ਪ੍ਰਬੰਧਾਂ ਲਈ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ, ਬਾਬਾ ਸਾਹਿਬ ਜੋਤ ਸਿੰਘ ਜੀ ਬੇਦੀ ਦੀ ਅਗਵਾਈ ਵਿੱਚ ਚੱਲ ਰਹੇ ਨੇ। ਉਹ ਸਾਰਿਆਂ ਦੀ ਇਕੱਤਰਤਾ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੋਟਾਂ ਦੇ ਸੰਬੰਧ ਦੇ ਵਿੱਚ, ਇੱਕ ਤਾਂ ਜਿਹੜੀਆਂ ਵੋਟਾਂ ਦੇ ਬਣਨ ਦੀ ਸਪੀਡ ਘੱਟ ਹੈ ਉਹਨੂੰ ਵਧਾਉਣ ਵਾਸਤੇ, ਦੂਸਰਾ ਇਲੈਕਸ਼ਨ ਜਿਹੜੀ ਆ ਹੁਣ ਜਲਦੀ ਤੋਂ ਜਲਦੀ ਕਰਾਈ ਜਾਵੇ ਉਹਦੇ ਵਾਸਤੇ। ਸੋ ਇਹਨਾਂ ਸਾਰੇ ਔਰ ਜੋ ਮੌਜੂਦਾ ਸਮੇਂ ਦੇ ਵਿੱਚ ਪੰਥਕ ਹਾਲਾਤ ਨੇ ਉਹਨਾਂ ਦੇ ਸੰਬੰਧ ਵਿੱਚ ਜਿਹੜੀਆਂ ਅੱਜ ਇਹ ਇੱਥੇ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਹੋਈ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।